ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਤੇ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਅੱਜ 2364 ਬਾਰੇ ਜਿਹੜਾ ਨੋਟੀਫਿਕੇਸ਼ਨ ਹੈ ਉਹ ਕੋਟ ਵੱਲੋਂ ਜਾਰੀ ਕੀਤਾ ਗਿਆ ਜੀ ਤੇ ਉਸ ਦੇ ਵਿੱਚ ਦੋਸਤੋ ਕੀ ਲਿਖਿਆ ਗਿਆ ਕਿ ਜਿਹੜਾ ਪ੍ਰੋਸੈਸ ਹੈ ਸਾਰਾ ਉਹ ਅੱਗੇ ਕੀ ਪ੍ਰੋਸੈਸ ਹੋਵੇਗਾ ਕਿ ਜਿਹੜੇ ਕੈਂਡੀਡੇਟ ਨੂੰ ਕੀ ਪ੍ਰੋਬਲਮ ਨੇ ਜਿਹੜੀਆਂ ਫੇਸ ਕਰਨੀਆਂ ਪੈ ਸਕਦੀਆਂ ਨੇਗੇ ਸੋ ਸਭ ਤੋਂ ਪਹਿਲਾਂ ਦੋਸਤੋ ਅਸੀਂ ਗੱਲ ਕਰਾਂਗੇ ਕਿ ਜਿਹੜੇ ਪਟੀਸ਼ਨਰ ਨੇ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ ਸਕਰੀਨ ਤੇ ਦਲਜੀਤ ਕੌਰ ਐਂਡ ਆਦਰ ਤੇ ਇਹ ਜਿਹੜਾ ਕੋਰਟ ਕੇਸ ਹੈ ਵਰਸੀ ਲਗਾਇਆ ਸੀਗਾ ਜੀ ਸਟੇਟ ਆਫ ਪੰਜਾਬ ਐਂਡ ਆਦਰਸ ਠੀਕ ਹੈ ਜੀ ਤੇ ਕਈ ਪਟੀਸ਼ਨਰ ਨੇ ਦੋਸਤੋ ਇਹ ਸਾਰੀਆਂ ਤੁਸੀਂ ਜਿਹੜੀਆਂ ਪਟੀਸ਼ਨਰ ਨੇ ਪੜ ਸਕਦੇ ਹੋ ਦੇਖ ਸਕਦੇ ਹੋ ਕਿ ਕਿਹ ਕਿਹਨੇ ਕਿਹਨੇ ਜਿਹੜਾ ਕੇਸ ਸੀਓ ਲਗਾਇਆ ਸੀ ਬਟ ਆਪਣਾ ਜਿਹੜਾ ਮੇਨ ਮੋਟਿਵ ਹੈ ਦੋਸਤੋ ਕਿ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਜਿਹੜਾ ਕਿਹਾ ਗਿਆ ਕੋਰਟ ਵੱਲੋਂ ਕੀ ਨੋਟੀਫਿਕੇਸ਼ਨ ਅੱਗੇ ਜਾਰੀ ਹੋ ਸਕਦਾ ਹੈ ਜਾਂ ਕੀ ਜਿਹੜੀਆਂ ਹਦਾਇਤਾਂ ਨੇ ਕੋਰਟ ਵੱਲੋਂ ਬੋਰਡ ਨੂੰ ਦਿੱਤੀਆਂ ਗਈਆਂ ਨੇ ਸਾਰਾ ਨੋਟੀਫਿਕੇਸ਼ਨ ਹੈ ਦੋਸਤੋ 33 ਪੇजेस ਦਾ ਨੋਟੀਫਿਕੇਸ਼ਨ ਹੈ ਤੁਸੀਂ ਸਾਰਾ ਪੜ੍ਹਨਾ ਤਾਂ ਪੜ੍ਹ ਸਕਦੇ ਹੋ ਬਟ ਇਸ ਦੇ ਵਿੱਚ ਜਿਹੜੇ ਮੇਨ ਪੇजेस ਨੇ ਦੋਸਤੋ ਸਭ ਤੋਂ نیچے ਜਾ ਕੇ ਜੇਕਰ ਤੁਸੀਂ ਦੇਖੋਗੇ ਆਪਾਂ نیچے ਚੱਲਦੇ ਹਾਂ ਜੀ हाँ जी दोस्तों जिम्मे कि तुम देख सद जी थर्टी सैवन नंबर जो कॉलम है जी वा वास्ते जरूरी है इस दी लिखा गया मैं तुम्हें तो पढ़ के सुना जी सब तो पहले तो द कोर्ट इज़ वेरी वेल कॉन्शियस दैट क्वाशिंग ऑफ द एडवरटाइजमेंट में कॉज ग्रेट हार्डरशिप टू कैंडिडेट्स एसपायरिंग ऑफ फुट अपॉइंटमेंट्स अगेंस्ट द पोस्ट इन क्वेश्चन बट एट द सेम टाइम इट कैनोट बी इगनोर दैट इन केस ऑफ सिलेक्शन प्रोसेस इनिशिएट इन डिस रिगार्ड ऑफ द सर्विस रूल इज अलाउड टू अटेन फाइनल ਸ਼ੈਲ ਪਰਪੈਚੂ ਇਲੈਗੈਲਟੀ ਮਤਲਬ ਦੋਸਤੋ ਜਿਹੜਾ 37 ਨੰਬਰ ਕਾਲਮ ਹੈ ਜੀ ਇਸ ਦੇ ਵਿੱਚ ਕੋਰਟ ਵੱਲੋਂ ਕਿਹਾ ਗਿਆ ਕਿ ਕੋਰਟ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਹੜੇ ਕੈਂਡੀਡੇਟ ਨੇ ਜਿਹੜੇ ਇਸ ਮੈਰਿਟ ਲਿਸਟ ਦੇ ਵਿੱਚ ਆਏ ਸੀਗੇ ਜੀ ਜਿਨ੍ਹਾਂ ਦਾ ਨਾਮ ਹੈ ਮੈਰਿਟ ਲਿਸਟ ਦੇ ਵਿੱਚ ਆ ਚੁੱਕਾ ਸੀ ਉਹ ਸਾਰੇ ਕੈਂਡੀਡੇਟ ਬਹੁਤ ਹਰਾਸ ਹੋਣਗੇ ਉਹਨਾਂ ਨੂੰ ਬਹੁਤ ਮੈਂਟਲ ਪ੍ਰੋਬਲਮਸ ਜਿਹੜੀਆਂ ਮੈਂਟਲ ਪਰੇਸ਼ਾਨੀ ਉਸ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਕੋਰਟ ਹੈ ਜਿਹੜਾ ਉਹ ਇਸ ਭਰਤੀ ਨੂੰ ਰੱਦ ਕਰਦਾ ਜੀ ਠੀਕ ਹੈ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਦੋਸਤੋ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਸਾਰੇ ਕੈਂਡੀਡੇਟ ਸੀਗੇ ਜਿਨ੍ਹਾਂ ਦਾ ਨਾਮ ਮੈਰਿਟ ਲਿਸਟੇ ਦੇ ਵਿੱਚ ਆ ਗਿਆ ਸੀ ਤੇ ਜੇਕਰ ਹੁਣ ਭਰਤੀ ਰੱਦ ਹੁੰਦੀ ਹੈ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਕੋਰਟ ਨੇ ਕਿਹਾ ਗਿਆ ਕਿ ਜੇਕਰ ਇਹ ਜਿਹੜੀ ਭਰਤੀ ਹੈ ਉਹ ਮਤਲਬ ਸਿਰੇ ਚੜਦੀ ਹੈ ਜੀ ਤਾਂ ਇਹ ਇਲੀਗਲ ਭਰਤੀ ਹੋਊਗੀ ਜੀ ਠੀਕ ਹੈ ਜੀ ਮੀਨਸ ਕੋਰਟ ਨੇ ਇਸ ਭਰਤੀ ਨੂੰ ਬਿਲਕੁਲ ਸਹੀ ਨਹੀਂ ਮੰਨਿਆ ਜੀ ਤਾਂ ਕਰਕੇ ਇਹ ਗੱਲ ਨੂੰ ਵੀ ਇਗਨੋਰ ਨਹੀਂ ਕੀਤਾ ਜਾਂਦਾ ਕਿ ਇਹ ਭਰਤੀ ਹੈ ਜਿਹੜੀ ਉਸ ਨੂੰ ਲੀਗਲ ਮੰਨਿਆ ਜਾਵੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਦੋਸਤੋ 38 ਨੰਬਰ ਜਿਹੜਾ ਕਾਲਮ ਹੈ ਉਸ ਦੇ ਵਿੱਚ ਲਿਖਿਆ ਗਿਆ ਜੀ ਐਜ਼ ਅ ਰਿਜ਼ਲਟ ਥੇਰਫੋਰ देयर ਇਜ਼ ਨੋ ਆਪਸ਼ਨ ਐਕਸੈਪਟ ਟੂ ਅਲਾਉ ਦਾ ਪ੍ਰੈਜ਼ੈਂਟ ਰਿਟ ਪਟੀਸ਼ਨਰ ਮਤਲਬ ਦੋਸਤੋ ਕੋਰਟ ਵੱਲੋਂ ਕਿਹਾ ਗਿਆ ਕਿ ਜਿਹੜੇ ਰਿਟ ਪਟੀਸ਼ਨਰ ਨੇ ਉਹਨਾਂ ਨੂੰ ਤਾਂ ਅਲਾਉ ਕਰ ਦਿੱਤਾ ਗਿਆ ਮੀਨਸ ਬੀ ਐਡ ਆ ਜਿਹੜੀ ਉਹ ਅਲਾਉ ਹੋ ਚੁੱਕੀ ਹੈ ਜੀ ਇਸ ਦੇ ਵਿੱਚ ਜਿੰਨੇ ਵੀ ਰਿਟ ਪਟੀਸ਼ਨਰ ਸੀਗੇ ਜਿਨ੍ਹਾਂ ਨੇ ਇਹ ਕੇਸ ਲਗਾਇਆ ਸੀ ਉਹਨਾਂ ਨੂੰ ਤਾਂ ਕੋਰਟ ਨੇ ਅਲਾਉ ਕਰਤਾ ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ 39ਥ ਨੰਬਰ ਜਿਹੜਾ ਕਾਲਮ ਹੈ ਉਸ ਦੀ ਅਸੀਂ ਗੱਲ ਕਰੀਏ ਜੀ ਇਸ ਦੇ ਵਿੱਚ ਦੋਸਤੋ ਕਿਹਾ ਗਿਆ ਹੈ ਕਿ ਜਿਹੜਾ ਸਿਲੈਕਸ਼ਨ ਕ੍ਰਾਈਟੇਰੀਆ ਜੀ ਉਹ ਬਿਲਕੁਲ ਇਲੀਗਲ ਸੀਗਾ ਜੀ ਇਹ ਜਿਵੇਂ ਕਿ ਅਸੀਂ ਜਾਣਦੇ ਹਾਂ ਦੋਸਤੋ ਜਦੋਂ ਦੀ ਭਰਤੀ ਚੱਲੀ ਹੈ ਇਸ ਦੇ ਵਿੱਚ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਉਹ ਆ ਰਹੀ ਹੈ ਤੇ ਕੋਰਟ ਨੇ ਕਿਹਾ ਜੀ ਇਹ ਜਿਹੜੀ ਭਰਤੀ ਹੈ ਉਹ ਇਲੀਗਲ ਹੈ ਜੀ ਸੋ ਇਸ ਤੋਂ ਇਸ ਦੇ ਬਾਵਜੂਦ ਹੁਣ ਹੋ ਕੀ ਸਕਦਾ ਹੈ ਜੀ ਸਭ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਸਾਫ਼-ਸਾਫ਼ ਦੱਸਣਾ ਕਿ ਇਹ ਜਿਹੜੀ ਭਰਤੀ ਹੈ ਉਹ ਕੈਨਸਲ ਬਿਲਕੁਲ ਨਹੀਂ ਹੋਈ ਹੈ ਜੀ ਭਰਤੀ ਬਿਲਕੁਲ ਰੱਦ ਨਹੀਂ ਹੋਈ ਸਿਰਫ ਜਿਹੜਾ ਇਸ ਨੂੰ ਸਿਰੇ ਚੜ੍ਹ ਲਈ ਜਿਹੜਾ ਨੋਟੀਫਿਕੇਸ਼ਨ ਬੋਰਡ ਨੇ ਜਾਰੀ ਕੀਤਾ ਸੀ ਉਹ ਰੱਦ ਹੋਇਆ ਜੀ ਉਹ ਜਿਹੜਾ ਨੋਟੀਫਿਕੇਸ਼ਨ ਹੈ ਦੋਸਤੋ ਨਵਾਂ ਨੋਟੀਫਿਕੇਸ਼ਨ ਆ ਥੋੜੇ ਜਿਹਾ ਟਾਈਮ ਦੇ ਵਿੱਚ ਹੋ ਸਕਦਾ ਥੋੜਾ ਜਿਹਾ ਟਾਈਮ ਲੱਗ ਜਵੇ ਉਹ ਨੋਟੀਫਿਕੇਸ਼ਨ ਹੈ ਜਿਹੜਾ ਉਹ ਤੁਹਾਨੂੰ ਦੁਬਾਰਾ ਦੇਖਣ ਨੂੰ ਮਿਲੇਗਾ ਜੀ ਤੇ ਉਸ ਦੇ ਵਿੱਚ ਕੀ ਚੇਂਜਿਸ ਹੋਣਗੇ ਬੋਰਡ ਕੀ ਹੈ ਜਿਹੜਾ ਉਸ ਦੇ ਵਿੱਚ ਚੇਂਜ ਕਰੇਗਾ ਉਹ ਸਭ ਕੁਝ ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਕਲੀਅਰ ਹੋ ਜਾਊਗਾ ਜੀ ਠੀਕ ਹੈ ਜੀ ਤੇ ਬਾਕੀ ਗੱਲ ਹੈ ਦੋਸਤੋ ਕਿ ਕਿੰਨਾ ਟਾਈਮ ਹੈ ਜਿਹੜਾ ਇਸ ਨੂੰ ਹੋਰ ਲੱਗ ਸਕਦਾ ਦੋਸਤੋ ਦੇਖੋ ਲਗਭਗ 1 ਸਾਲ ਹੋ ਗਿਆ ਜੀ ਇਸ ਭਰਤੀ ਨੂੰ ਚੱਲਦੇ ਆ ਜੀ ਕਦੇ ਇਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕਦੇ ਕੋਈ ਪ੍ਰੋਬਲਮ ਆਉਂਦੀ ਸੋ ਥੋੜੀ ਜੀ ਵੇਟ ਤੁਹਾਨੂੰ ਹੋਰ ਕਰਨੀ ਪੈ ਸਕਦੀ ਹੈ ਜੀ ਸੋ ਕੈਂਡੀਡੇਟ ਨੂੰ ਹੋਰ ਹੈ ਜਿਹੜੀ ਵੇਟ ਥੋੜੀ ਹੋ ਕਰਨੀ ਪੈ ਸਕਦੀ ਹੈ ਹੋ ਸਕੇ ਦੋਸਤੋ 10 ਤੋਂ 15 ਦਿਨਾਂ ਹੀ ਨਵੇਂ ਨੋਟੀਫਿਕੇਸ਼ਨ ਆਉਣ ਨੂੰ ਲੱਗ ਸਕਦੇ ਨੇ ਜੀ ਸੋ ਇਸ ਦੇ ਨਾਲ ਹੀ 6435 ਜਿਹੜੀ ਭਰਤੀ ਹੈ ਦੋਸਤੋ ਉਹ ਵੀ ਸੀਰੀ ਚੜਨ ਦੀ ਕਾਰਾ ਹੈ ਜਿਹੜੀ ਦਿਖ ਰਹੀ ਹੈ ਥੋੜੇ ਜਿ ਦਿਨ ਦੇ ਵਿੱਚ ਉਸ ਦਾ ਵੀ ਜਿਹੜਾ ਮੈਰਿਟ ਲਿਸਟ ਦਾ ਸਿਕਿਉਰਿਟੀ ਲਿਸਟ ਦਾ ਤੁਹਾਡਾ ਜਿਹੜੀ ਲਿਸਟ ਆ ਉਹ ਵੀ ਜਾਰੀ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ ਠੀਕ ਹੈ ਜੀ ਸੋ ਬਸ ਅੱਜ ਹੀ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਸੀ ਜੀ ਮਿਲਦੇ ਆਪਾਂ ਵੀ ਨੈਕਸਟ ਵੀਡੀ